ਭਾਈ ਹੁਣ ਅਸੀਂ ਚੱਲੇ ਆ ਮੋਟਰ ਤੇ ਪੰਪ ਭਰਿਆ ਹੋਇਆ ਹਾਂਜੀ ਭਰਿਆ ਹੋਇਆ ਜਾ ਰਹੇ ਆ ਭਾਈ ਟਰੈਕਟਰ ਖੜਾ ਹੋ ਰਿਹਾ ਏ ਆ ਦੇਖੋ ਜਾਣੇ ਆ ਸਪਰੇ ਕਰਨ ਮੋਟਰ ਦੇ ਨੂੰ ਤੇ ਆ ਟਰੈਕਟਰ ਹੁਣ ਕਹਿੰਦੇ ਸੀ ਪਤਾ ਕਰਨ ਮੇਰਾ ਹੀ ਫੇਵਰੇਟ ਟਰੈਕਟਰ ਹੈ ਬਹੁਤ ਤੇ ਅਨਮੋਲ ਨੂੰ ਮੈਂ ਜ਼ੋਰ ਲਾ ਲਿਆ ਮੈਂ ਕਿਹਾ ਆਹ ਲੈਣਾ ਮੰਨਿਆ ਹੀ ਨਹੀਂ ਸੀ ਉਦੋਂ ਉਹ ਕਹਿੰਦਾ ਨੋ ਲੈਣਾ ਚਲੋ ਬਾਕੀ ਜਿਹਦੀ ਆਪਣੀ ਪਸੰਦ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸੋ ਹੁਣ ਆਪਾਂ ਚੱਲੇ ਹਾਂ ਸ਼ਹਿਰ ਚੱਲੇ ਹਾਂ ਜੀ ਕੰਮ ਕਰ ਆਪਾਂ ਨੇ ਇੱਕ ਟਰੈਕਟਰ ਦੇ ਅਲਟੀਨੇਟਰ ਬਾਰੇ ਪਤਾ ਕਰਕੇ ਆਉਣਾ ਆਪਾਂ ਦੇਖਦੇ ਹਾਂ ਯਾਰ ਅਲਟੀਨੇਟਰ ਤਾਂ ਵਧੀਆ ਤਰੀਕੇ ਨਾਲ ਜੇ ਕੋਈ ਲਾਉਂਦਾ ਉਰੇ ਹੈ ਨਾ ਵਧੀਆ ਸਫਾਈ ਨਾਲ ਆਪਾਂ ਰੰਗ ਰੁੰਗ ਕਰਾ ਕੇ ਵਧੀਆ ਤਰੀਕੇ ਨਾਲ ਲਵਾ ਲੈਂਦੇ ਹਾਂ ਸੋ ਚੱਲ ਨਹੀਂ ਰਿਹਾ ਟਰੈਕਟਰ ਪ੍ਰੋਪਰ ਉਹਦੇ ਨਾਲ ਉਹ ਅਲਟੀਨੇਟਰ ਨਾਲ ਕੋਈ ਸਮਾਨ ਜ਼ਿਆਦਾ ਲੱਗ ਗਿਆ ਉਹ ਵਰਕ ਨਹੀਂ ਹੋ ਰਿਹਾ ਅਤੇ ਬਾਕੀ ਉਹ ਵੀ ਪਤਾ ਕਰਕੇ ਆਉਂਦੇ ਅਲਟੀਨੇਟਰ ਦਾ ਪਤਾ ਕਰਕੇ ਆਉਂਦੇ ਹਾਂ ਅਤੇ ਬਾਕੀ ਸਾਰੇ ਕੰਮ ਕਰਕੇ ਆਉਂਦੇ ਹਾਂ ਇੱਕ ਦੋ ਕੰਮ ਲਓ ਵੀ ਬਾਬੇ ਹੁਣ ਆਪਾਂ ਆ ਗਏ ਹਾਲੈਂਡ ਵਾਲਿਆਂ ਦੇ ਸੋ ਆਪਣੇ ਰਿਸ਼ਤੇਦਾਰਾਂ ਨੇ ਟਰੈਕਟਰ ਲੈਣਾ ਸੀ ਉਹ ਮੈਂ ਪਤਾ ਕਰਨ ਆਇਆ ਸੀ 50-20 ਹਜ਼ਾਰ ਦਾ ਇਹਦਾ ਟਰੈਕਟਰ ਬਹੁਤ ਸੋਹਣਾ ਇਹਦੇ ਵਾਲੇ ਨਾਲ ਵੀ ਆਹ ਸੋਹਣਾ ਆਹ ਸਟਿੱਕਰ ਜ਼ਿਆਦਾ ਸੋਹਣੇ ਲੱਗ ਰਹੇ ਨੇ ਸੋ ਨਵਾਂ ਇਹ CRD ਇਹਦੇ ਵਿੱਚ 3 ਮੋੜ ਨੇ ਵੀਰੇ ਆਹ ਰਹੇ 3 ਮੋੜ ਇੱਕੋ ਮੋੜ ਅਤੇ ਇੱਕੋ ਪਲੱਸ ਮੋੜ ਅਤੇ ਦੂਜਾ ਇਹ ਵੀ ਬਹੁਤ ਘੈਂਟ ਚੀਜ਼ ਆ ਸੋ ਛਤਰੀ ਛੁਤਰੀ ਨਾਲ ਆ ਵੇਟ ਨਾਲ ਨੇ ਪਿੱਛੇ ਵੀ ਵੇਟ ਨੇ ਹਾਂ ਪਿੱਛੇ ਵੀ ਇੱਕ ਵੇਟ ਨਾਲ ਮੂਹਰੇ ਇਹਦੇ 11 ਦੇ ਟਾਇਰ ਮੂਹਰੇ ਨੇ ਬਾਕੀ ਪਿੱਛੇ ਆਪਣਾ 16-30 ਦੇ ਹੋਣਗੇ ਆਹ ਸਿੰਪਲ ਆ ਗਿਆ 3600 56-36 ਦੀ 4x4 ਆ ਗਿਆ ਆਹ ਟਰੈਕਟਰ ਬਹੁਤ ਜੂਮਸ ਟਰੈਕਟਰ ਆ ਸੋ ਬਹੁਤ ਘੈਂਟ ਟਰੈਕਟਰ ਆ ਬਾਬੇ ਅਤੇ ਆਹ ਟਰੈਕਟਰ ਹੁਣ ਕਹਿੰਦੇ ਸੀ ਪਤਾ ਕਰਨ ਮੇਰਾ ਹੀ ਫੇਵਰੇਟ ਟਰੈਕਟਰ ਹੈ ਬਹੁਤ ਅਤੇ ਅਨਮੋਲ ਨੂੰ ਮੈਂ ਜ਼ੋਰ ਲਾ ਲਿਆ ਮੈਂ ਕਿਹਾ ਆਹ ਲੈਣਾ ਮੰਨਿਆ ਹੀ ਨਹੀਂ ਸੀ ਉਦੋਂ ਉਹ ਕਹਿੰਦਾ ਨੋਵੋ ਲੈਣਾ ਚਲੋ ਬਾਕੀ ਜਿਹਦੀ ਆਪਣੀ ਪਸੰਦ ਆ ਅਤੇ ਘੈਂਟ ਟਰੈਕਟਰ ਆ ਪੂਰਾ CRDI ਦੇ ਵਿੱਚ ਆ ਇਹ ਬਾਬੇ ਅਤੇ ਮੂਹਰੇ ਦੇ ਆਹ ਟਾਇਰ ਨੇ ਲੁੱਕ ਬਹੁਤ ਸੋਹਣੀ ਲੱਗ ਰਹੀ ਹੈ ਸ਼ੋ ਵੀਰੇ ਇਹਦੇ ਵਾਲੇ ਨਾਲੋਂ ਵੀ ਆਹ ਜ਼ਿਆਦਾ ਸੋ ਲੁੱਕ ਸਟਿੱਕਰ ਮਤਲਬ ਵੀਡੀਓ 'ਚ ਉਹਨੇ ਨਹੀਂ ਜੱਚ ਰਿਹਾ ਮੈਨੂੰ ਨਹੀਂ ਪਤਾ ਪਰ ਰੀਅਲ ਦੇ ਵਿੱਚ ਜ਼ਿਆਦਾ ਜੱਚ ਰਿਹਾ ਬਹੁਤ ਸੋਹਣਾ ਟਰੈਕਟਰ ਆ ਅਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਅਤੇ ਅਲਟੀਨੇਟਰ ਦਾ ਪਤਾ ਕਰਕੇ ਆਉਂਦੇ ਵੀ ਅਲਟੀਨੇਟਰ ਕਿਵੇਂ ਵੀ ਲੱਗੂਗਾ ਹੈ ਨਾ ਸੋ ਚੱਲਦੇ ਹਾਂ ਦਰਸ਼ਨ ਮਿਸਤਰੀ ਦੇ ਜੁੜੇ ਹੋਏ ਵਲੌਗ ਦੇ ਨਾਲ ਦਰਸ਼ਨ ਮਿਸਤਰੀ ਕੇ ਆ ਗਏ ਹੁਣ ਆਪਾਂ ਸੋ ਉਰੇ ਸਾਰਾ ਪਤਾ ਕਰਦੇ ਇਹਨਾਂ ਨੇ 70-72 ਵਾਲਿਆਂ ਦੇ ਟਰੈਕਟਰ ਜਿਹੜੇ ਤੂੰ ਉਹਦੇ ਪਰ ਚੱਲਦੇ ਨੇ ਟੋਚਨਾ ਅਤੇ ਤਵੀਆਂ 'ਤੇ ਬਾਈ ਉਹਨਾਂ ਨੇ ਤਿਆਰ ਕਰਿਆ ਸਭ ਤੋਂ ਟੌਪ ਦਾ ਬਾਈ ਉਹਨਾਂ ਦਾ ਕੰਮ ਸੋ ਚਲੋ ਪਤਾ ਕਰਦੇ ਹਾਂ ਠੰਡ ਬਾਹਲੀ ਹੋਈ ਵੀ ਹੱਥ ਸੁੰਨ ਹੋਏ ਪਏ ਨੇ ਹਾਂਜੀ ਬਾਬੇ ਉਹ ਆਪਾਂ ਜਾਇਆ ਸੀ ਅਲਟੀਨੇਟਰ ਦਾ ਪਤਾ ਕਰਿਆ ਸਾਰਾ ਕੁਝ ਬੈਟਰੀਆਂ ਵਾਲੇ ਕੋਲ ਜਾਇਆ ਸਾਰਾ ਕੁਝ ਪਤਾ ਕਰਿਆ ਵੀ ਕੀ ਸਿਸਟਮ ਹੈ ਕੀ ਹੋਊਗਾ ਅਤੇ ਉਹ ਮੈਂ ਤੁਹਾਨੂੰ ਬਾਅਦ 'ਚ ਦੱਸੂੰਗਾ ਸੋ ਪਹਿਲਾਂ ਆਪਾਂ ਇੱਕ ਹੋਰ ਕੰਮ ਕਰਨਾ ਇਹ ਹੈਗਾ ਆਪਣਾ ਭੋਲਾ ਬਾਈ ਸੋ ਇਹ ਮੁੰਡਾ ਇਹਦੇ ਕਹੇ 'ਤੇ ਨਾ ਬਾਈ ਮੈਂ ਬਲੌਗ ਜਿਹੜੇ ਬਣਾਉਣੇ ਸ਼ੁਰੂ ਕਰੇ ਸੀ ਇਹਦੇ ਕਹੇ 'ਤੇ ਕਰੇ ਸੀਗੇ ਇਹ ਮੁੰਡਾ ਆਪ ਵੀ ਬਲੌਗ ਬਣਾਉਂਦਾ ਬਹੁਤ ਘੱਟ ਸਬਸਕ੍ਰਾਈਬਰ ਨੇ ਹਜੇ ਨਵਾਂ ਹੀ ਮਤਲਬ ਚੈਨਲ ਸ਼ੁਰੂ ਕਰਿਆ ਚੈਨਲ ਦਾ ਨਾਮ ਥੱਲੇ ਨਾ ਉਹ ਲਿਖਿਆ ਹੋਇਆ ਦਾ ਭੋਲਾ ਬਲੌਗਰ ਹਾਂ ਭੋਲਾ ਦੀ ਬਲੌਗਰ ਭੋਲਾ ਦੀ ਬਲੌਗਰ ਮੁੰਡੇ ਦਾ ਨਾਮ ਆਇਆ ਭੋਲਾ ਤੇ ਮੇਰੀ ਸੁਣੋ ਗੱਲ ਇਹਨੇ ਬਲੌਗ ਬਣਾਇਆ ਆਪਾਂ ਇਕੱਠੇ ਹੀ ਬਲੌਗ ਛੱਡਾਂਗੇ ਠੀਕ ਹੈ ਥੱਲੇ ਜਿਹੜਾ ਚੈਨਲ ਆ ਉਹ ਮੈਂਸ਼ਨ ਕਰਿਆ ਹੋਇਆ ਤੁਸੀਂ ਉੱਥੇ ਕਲਿੱਕ ਕਰਕੇ ਜਿਹੜੇ ਵੀ ਬਾਈ ਬਾਕੀ ਗੱਲ ਬਾਅਦ ਚੋਂ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ ਬਲੌਗ ਬਣਾਇਆ ਮੈਂ ਬਲੌਗ ਦੇਖਿਆ ਇੰਨਾ ਕੁ ਘੈਂਟ ਬਲੌਗ ਬਣਾਇਆ ਨਾ ਇਕੱਠੇ ਇੱਕੋ ਟਾਈਮ ਬਲੌਗ ਛੱਡਾਂਗੇ ਉਰੇ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਦਾ ਨੇ ਬਹੁਤ ਸੋਹਣਾ ਜਿਹੜੇ ਵੀ ਸਿੱਖੀ ਨੂੰ ਪਿਆਰ ਕਰਦੇ ਨੇ ਨਾ ਵੀਰੇ ਉਹ ਮੇਰਾ ਵੀਰ ਮਨਾ ਨਾ ਕਰਿਓ ਜਾ ਕੇ ਸਿੱਧਾ ਬਲੌਗ ਦੇਖ ਕੇ ਆਇਓ ਤੇ 1000 ਸਬਸਕ੍ਰਾਈਬਰ ਆਪਾਂ ਪੂਰੇ ਕਰਨੇ ਨੇ ਆਪਣਾ ਟਾਰਗੇਟ ਆ ਹੁਣ ਕਿੰਨੇ ਹੋ ਗਏ ਇਸ ਟਾਈਮ 350 ਗਏ ਬਾਈ ਵਧੀਆ ਵਧੀਆ ਤੁਹਾਡੇ ਲਈ ਜਿਹੜਾ ਹਾਂ ਤੇ ਆ ਬਾਕੀ ਯਾਰ ਬਾਜ ਇਹਨਾਂ ਜਿਹੜਾ ਆਪਣਾ ਵਾਅਦਾ ਆਪਾਂ ਦਾ 1000 ਸਬਸਕ੍ਰਾਈਬਰ ਆ ਤੁਸੀਂ ਪਿੱਠ ਨਹੀਂ ਲੱਗਣ ਦੇਣੀ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ 1000 ਤੋਂ ਵੱਧ ਕਰਕੇ ਆਇਓ 2000 ਕਰਕੇ ਆਇਓ 3000 ਕਰਕੇ ਆਇਓ ਸੋ 1000 ਤਾਂ ਜ਼ਰੂਰੀ ਨੇ ਇਹਦੇ ਇੱਕੋ ਟਾਈਮ ਵੀਡੀਓ ਛੱਡਾਂਗੇ ਥੱਲੇ ਮੈਂਸ਼ਨ ਇਹਦੀ ਆਈਡੀ ਕੀਤੀ ਹੋਇਆ ਉਹਨੂੰ ਕਲਿੱਕ ਕਰਕੇ ਸਿੱਧੇ ਦੀ ਆਈਡੀ 'ਚ ਜਾਓ ਬਲੌਗ ਪਿਆ ਪਹਿਲੇ ਨੰਬਰ 'ਤੇ ਫਤਿਹਗੜ੍ਹ ਸਾਹਿਬ ਵਾਲਾ ਸੋ ਓਪਨ ਕਰੋ ਅਤੇ ਵਾਚ ਕਰੋ ਅਤੇ ਕਮੈਂਟ ਵੱਧ ਤੋਂ ਵੱਧ ਕਰਕੇ ਆਇਓ ਅਤੇ ਸਿੱਖੀ ਨੂੰ ਜਿਹੜੇ ਵੀ ਪਿਆਰ ਕਰਦੇ ਨੇ ਯਾਰ ਇੱਕ ਇੱਕ ਵਿਊ ਸਾਰੇ ਦੇ ਕੇ ਆਇਓ ਯਾਰ ਆਪਣੇ ਵਿਊ ਬਲੌਗ 'ਤੇ 20,000 ਵਿਊ ਆਵੇ 30,000 ਵਿਊ ਆਵੇ ਸੋ ਇਕੱਲੇ ਇਕੱਲੇ ਨੇ ਆਪਣੀ ਜ਼ਿੰਮੇਵਾਰੀ ਸਮਝਣੀ ਹੈ ਜਿਹੜੇ ਵੀ ਸਿੱਖੀ ਨੂੰ ਪਿਆਰ ਕਰਦੇ ਨੇ ਬਾਈ ਦੇ ਬਲੌਗ ਜ਼ਰੂਰ ਦੇਖਿਆ ਕਰੋ ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਮੈਂ ਇਹਦੇ ਕਹੇ 'ਤੇ ਬਲੌਗਿੰਗ ਕਰੀ ਹੈ ਬਾਕੀ ਭੋਲੇ ਤੋਂ ਆਪ ਦੱਸਦੇ ਅਤੇ ਜਿਹੜੇ ਬਾਈ ਅਰਪਣ ਵੱਲੋਂ ਆਉਣਗੇ ਸਬਸਕ੍ਰਾਈਬਰ ਉਹ ਕਮੈਂਟ ਜ਼ਰੂਰ ਕਰਿਓ ਥੱਲੇ ਅਰਪਣ ਵਾਸੀ ਬਾਈ ਨਾ ਨਾ ਚਲੋ ਬਹੁਤੇ ਵੀ ਨਾ ਕਰਿਓ ਅਤੇ ਸਿੱਖੀ ਦਾ ਬਲੌਗ ਹੈ ਉਹਦੇ ਵਿੱਚ ਇਤਿਹਾਸ ਬਾਰੇ ਵੀ ਦੱਸਿਆ ਗਿਆ ਸੋ ਇੰਨਾ ਸੋਹਣਾ ਡਰਾਉਣ ਸ਼ੋਟ ਨੇ ਬਹੁਤ ਘੈਂਟ ਬਲੌਗ ਹੈ ਯਾਰ ਤੁਹਾਨੂੰ ਉਮੀਦ ਆ ਪੱਕਾ ਪਸੰਦ ਆਊਗਾ ਮੇਰੇ ਵੀਰਿਓ ਬਾਈ ਦਾ ਪੂਰੀ ਸਪੋਰਟ ਕਰਨੀ ਹੈ ਮੁੰਡਾ ਨਵਾਂ ਆਇਆ ਸੋ ਖਿੱਚ ਕੇ ਤੁਸੀਂ ਜਾ ਕੇ ਸਬਸਕ੍ਰਾਈਬ ਬਸ ਲਾਲ ਬਟਨ ਘਸਾ ਦਿਓ ਭੋਲਾ ਦਾ ਵਲੌਗਰ ਠੀਕ ਹੈ ਜੀ ਹੋਰ ਵੀ ਤੁਹਾਡੇ ਲਈ ਵਿਜ਼ਿਟਰ ਘੁੰਮਿਆ ਕਰੂਗਾ ਇੱਧਰ ਉੱਧਰ ਪਹਾੜਾਂ ਪੂੜਾਂ 'ਤੇ ਪਾਇਆ ਕਰੂਗਾ ਵਲੌਗ ਸੋ ਤੁਸੀਂ ਮੇਰੀ ਪਿੱਠ ਨਹੀਂ ਲੱਗਣ ਦੇਣੀ ਹੈਗੀ ਸੋ ਵਿਊ ਜਿੰਨੇ ਇੱਧਰ ਮੇਰੇ ਕਨੀ ਆਉਣ ਚਲੋ ਅੱਧੋ ਅੱਧ ਆਉਣ ਬਸ ਆਉਣੇ ਚਾਹੀਦੇ ਨੇ 5000 ਦਾ 5000 ਵਿਊ ਤਾਂ ਆਉਣਾ ਚਾਹੀਦਾ ਯਾਰ ਘੱਟੋ ਘੱਟ ਅਤੇ ਬਾਕੀ 1000 ਸਬਸਕ੍ਰਾਈਬਰ ਤੁਸੀਂ ਪੂਰੇ ਕਰਕੇ ਆਉਣੇ ਨੇ ਦੇਖੋ ਕਿੰਨਾ ਵਧੀਆ ਬੰਦਾ ਦਾੜੀ ਰੱਖੀ ਹੋਈ ਹੈ ਬਹੁਤ ਸੋਹਣਾ ਫਤਿਹਗੜ੍ਹ ਸਾਹਿਬ ਖੜੇ ਆ ਸੋ ਸਾਰੇ ਜਣੇ ਜਾ ਕੇ ਵਲੌਗ ਇਹਦੇ ਦੇਖ ਕੇ ਆਇਓ ਅਤੇ ਥੈਂਕ ਯੂ ਬਾਕੀ ਤੁਹਾਨੂੰ ਮੈਂ ਅਲਟੀਨੇਟਰ ਦਾ ਸਾਰਾ ਮੈਂ ਘਰੇ ਜਾ ਕੇ ਸਿਸਟਮ ਦੱਸਦਾ ਵੀ ਕੀ ਬਣਿਆ ਕੀ ਹੋਇਆ ਤੋਂ ਬਲੌਗ ਕੰਟੀਨਿਊ ਰੱਖਾਂਗੇ ਕੱਲ ਨੂੰ ਇਹੀ ਬਲੌਗ ਆਪਾਂ ਸਟਾਰਟ ਕਰਾਂਗੇ ਓਕੇ ਥੈਂਕ ਯੂ ਜੀ ਲਓ ਬਈ ਬਾਬਿਓ ਆਪਾਂ ਆ ਚੁੱਕੇ ਹਾਂ ਆਪਣੇ ਘਰ
ਤੇ ਗੱਡੀ ਬੰਦ ਕਰੀਏ ਸਭ ਤੋਂ ਪਹਿਲਾਂ ਤਾਂ ਜੀ ਚਾਬੀ ਕੱਢ ਲਈਏ ਸੋ ਇੱਕ ਚੀਜ਼ ਲੈ ਕੇ ਆਇਆ ਤੁਹਾਨੂੰ ਦਿਖਾਊਂਗਾ ਇੱਕ ਮੈਂ ਚੀਜ਼ ਲੈ ਕੇ ਆਇਆ ਸੋ ਉਹ ਮੈਂ ਫਿਟਿੰਗ ਫੁਟਿੰਗ ਕਰ ਲਵਾਂ ਫਿਰ ਤੁਹਾਨੂੰ ਦਿਖਾਉਂਦਾ ਠੀਕ ਹੈ ਬਾਬਿਓ ਆ ਜਾਓ ਫਿਰ ਤੁਹਾਨੂੰ ਦਿਖਾਈ ਇੱਕ ਚੀਜ਼ ਆਹ ਖੜਾ ਆਪਣਾ ਝੋਟਾ ਨੁਕਰਾ ਮੇਰੇ ਓ ਫਾਰਮ ਟਰੈਕ 60 ਹੈ ਲਓ ਵੀ ਬਾਬਿਓ ਮੈਂ ਲੈ ਕੇ ਆਇਆ ਆਹ ਚੀਜ਼ 17-1800 ਰੁਪਏ ਦੀ ਆਈ ਹੈ ਇਹ ਹੈਗੀ ਹੈ ਜੀ ਬੈਟਰੀ ਚਾਰਜ ਕਰਨ ਵਾਲਾ ਪੁਰਜਾ ਸੋ ਹੁਣ ਬੈਟਰੀ ਚਾਰਜ ਲਾਤੀ ਇਹਦੇ ਨਾਲ ਮੈਂ ਠੀਕ ਹੈ ਜੀ ਇਸ ਟਾਈਮ ਦੇਖੀ ਅੱਧੀ ਤੋਂ ਉੱਪਰ ਆ ਅਤੇ ਬਾਕੀ ਦੇਖਦੇ ਹਾਂ ਬੈਟਰੀ ਚਾਰਜ ਲੱਗੀ ਹੋਈ ਆ ਬਹੁਤ ਪ੍ਰੋਬਲਮ ਆ ਰਹੀ ਹੈ ਅਲਟੀਨੇਟਰ ਬਾਹਲਾ ਛੋਟਾ ਹੈਗਾ ਅਤੇ ਬਾਕੀ ਸਵੇਰੇ ਪਤਾ ਲੱਗ ਜੂਗਾ ਵੀ ਇਹ ਅਸਲ 'ਚ ਨਾ ਗ੍ਰੈਵਿਟੀ ਗਿਰ ਗਈ ਬੈਟਰੀ ਦੀ ਸਾਰੀ ਉਹ ਸੋ ਇੱਕ ਵਾਰ ਗ੍ਰੈਵਿਟੀ ਆਪਾਂ ਪੂਰੀ ਕਰ ਦਈਏ ਉਹਦੀ ਫਿਰ ਚਾਰਜ ਹੋਈ ਜਾਊਗੀ ਅਲਟੀਨੇਟਰ 35 ਐਂਪੀਅਰ ਦਾ ਜੇ ਮੈਂ ਪਤਾ ਕਰਿਆ 35 ਐਂਪੀਅਰ ਦਾ ਇਹ ਆਪਾਂ ਲਾਵਾਂਗੇ 100+ ਲਾਵਾਂਗੇ ਹੁਣ ਇਹਨੂੰ ਕਰਦੇ ਹਾਂ ਕੋਈ ਨਾ ਕੋਈ ਹੀਲਾ ਜੇ ਨਾ ਅਨੰਦਪੁਰ ਸਾਹਿਬ ਤੱਕ ਤਾਂ ਕਰਨਾ ਹੀ ਪੈਣਾ ਗਾ ਉੱਥੇ ਫਿਰ ਧੱਕੇ ਲਾਉਂਦੇ ਚੰਗੇ ਨਹੀਂ ਲੱਗਾਂਗੇ ਠੀਕ ਹੈ ਜੀ ਸੋ ਅਨੰਦਪੁਰ ਸਾਹਿਬ ਤੋਂ ਜਾਣ ਤੋਂ ਪਹਿਲਾਂ ਆਪਾਂ ਨੂੰ ਅਲਟੀਨੇਟਰ ਦਾ ਕੰਮ ਕਰਵਾਉਣਾ ਹੀ ਪੈਣਾ ਜੇ ਆਹ ਸੌਦਾ ਕਾਮਯਾਬ ਹੋ ਗਿਆ ਇੱਕ ਵਾਰ ਚਾਰਜ ਕਰਤੀ ਇਹਨੇ ਚੰਗੀ ਤਰ੍ਹਾਂ ਕਿਉਂਕਿ ਜਾਂਦੇ ਹੋਏ ਫਿਰ ਡੀਜੇ ਖਾਂਦਾ ਬਸ ਹੋਰ ਕੁਛ ਨਹੀਂ ਇਹ ਬਿਜਲੀ ਖਾਂਦਾ ਪੂਰੀ ਸੋ ਦੇਖਾਂ ਹੁਣ ਮੈਂ ਲਾਇਆ ਤਾਂ ਹੈਗਾ ਦੇਖਾਂ ਵੀ ਕੋਈ ਫਰਕ ਪਿਆ ਜਾਂ ਨਹੀਂ ਪਿਆ ਠੀਕ ਹੈ ਜੀ ਆਪਾਂ ਦੇਖਦੇ ਹਾਂ ਸੋ ਵੀ ਹੁਣ ਸੈਲਫ ਚੱਕਣ ਲੱਗ ਗਿਆ ਟਰੈਕਟਰ ਜਾਂ ਨਹੀਂ ਠੀਕ ਹੈ ਜੀ ਲਾਵਾਂ ਸੁੱਚ ਲਾ ਤੀ ਇਹਨੂੰ ਨਿਊਟਰ ਲਾ ਚੱਲ ਗੇੜਾ ਜਿਹਾ ਤਾਂ ਦੇਣ ਲੱਗ ਗਿਆ ਹਜੇ ਹਜੇ ਲੱਗਿਆ ਨਹੀਂ ਬਾਈ ਸਟਾਰਟ ਹੁਣ ਦੇਖ ਲਿਆ ਆਹ ਪੰਗੇ ਪੈਂਦੇ ਆ ਇਹਦਾ ਅਲਟੀਨੇਟਰ ਦਾ ਹੀ ਮੈਨੂੰ ਇੱਕ ਵਾਰ ਗ੍ਰੈਵਿਟੀ ਇਹਦੀ ਪੂਰੀ ਕਰਦੀ ਹੈ ਅਤੇ ਆਹ ਵੀ ਲਾਈਏ ਚਾਰਜ ਮਾਰਦੇ ਆ ਚੰਗਿਆੜੇ ਚਲੋ ਚਾਰਜ ਲਾਤੀ ਫਿਰ ਸਵੇਰੇ ਦੇਖਦੇ ਹਾਂ ਕਿੱਥੇ ਕੁ ਤੱਕ ਜਾਂਦੀ ਇਹਦੀ ਸੂਈ ਚਾਰਜ ਬਹੁਤ ਔਖੀ ਹੋਣੀ ਆ ਐਡੀ ਐਡਾ ਕੁ ਪੁਰਜਾ ਐਡੀ ਬੈਟਰੀ ਆ ਚਲੋ ਕੋਈ ਗੱਲ ਨਹੀਂ ਬਾਬਿਓ ਕਦੇ ਤਾਂ ਹੋ ਗਈ ਹੋ ਜਾ ਕੇ ਚਾਰਜ ਚੂਰਜ ਜੀ ਇਹ ਸੋ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਹੋਰ ਕੀ ਹੱਲ ਕਰ ਸਕਦੇ ਹਾਂ ਅਲਟੀਨੇਟਰ ਤਾਂ ਚਲੋ ਕਰਨਾ ਹੀ ਪੈਣਾ ਉਹ ਤੋਂ ਬਿਨਾਂ ਕੋਈ ਹੋਰ ਦੱਸੋ ਅਤੇ ਮੈਂ ਸੋਚਦਾ ਕਿ ਅਲਟੀਨੇਟਰ ਆਹੀ ਫਿਟਿੰਗ ਵਾਲਾ ਹੀ ਮਿਲ ਜਾਵੇ ਇਹ ਫਿਟਿੰਗ ਵਾਲਾ ਮਿਲ ਰਿਹਾ ਪਰ ਬਹੁਤ ਮਹਿੰਗਾ ਮਿਲ ਰਿਹਾ 90 ਐਂਪੀਅਰ ਦਾ ਮਿਲ ਰਿਹਾ ਉਹ ਬਹੁਤ ਮਹਿੰਗਾ ਮਿਲ ਰਿਹਾ ਬਾਬਿਓ ਸੋ ਆਪਾਂ ਸੋਚਦੇ ਹਾਂ ਵੀ ਬਹੁਤੇ ਪੈਸੇ ਵੀ ਨਾ ਲੱਗ ਜਾਣ ਦੇਖਦੇ ਹਾਂ ਆਊਟੀ ਜਾਂ BMW ਗੱਡੀ ਤਾਂ ਲੈ ਲਵਾਂਗੇ ਤੁਸੀਂ ਬਾਕੀ ਕਮੈਂਟਾਂ ਦੇ ਵਿੱਚ ਦੱਸ ਦਿਓ ਹਜੇ ਤਾਂ ਕਰਾਉਣਾ ਨਹੀਂ ਅਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਕਰਵਾ ਕੇ ਜਾਵਾਂਗੇ ਸਾਰਾ ਕੰਮ ਅਤੇ ਬਸ ਜੁੜੇ ਰਹੋ ਵੀਡੀਓਜ਼ ਦੇ ਨਾਲ ਅਤੇ ਬਾਕੀ ਕੱਲ੍ਹ ਨੂੰ ਵਲੋਗ ਕੰਟੀਨਿਊ ਕਰਾਂਗੇ ਕੱਲ੍ਹ ਨੂੰ ਸਪਰੇਅ ਕਰਾਂਗੇ ਅਤੇ ਕੱਲ੍ਹ ਨੂੰ ਸਪਰੇਅ ਵਾਲਾ ਵਲੋਗ ਬਣਾਵਾਂਗੇ ਆਹੀ ਵਲੋਗ ਦੇ ਵਿੱਚ ਓਕੇ ਜੀ ਥੈਂਕ ਯੂ ਅੱਜ ਆਪਾਂ ਲੱਗੇ ਹਾਂ ਸਪਰੇਅ ਕਰਨ 19-19 ਹਾਂ ਠੀਕ ਆ ਦਵਾਈਆਂ ਸਾਰੀਆਂ ਆਈਆਂ ਪਈਆਂ ਨੇ ਅਤੇ ਠੀਕ ਆ ਓਕੇ ਆ ਬਾਬੇ ਸਾਰਾ ਸਿਸਟਮ ਅੱਜ ਕਿਹੜੀ ਸਪਰੇਅ ਕਰਨੀ ਆ ਅੱਜ ਦੱਸ ਪਹਿਲਾਂ ਕਿਹੜੀ ਸਪਰੇਅ ਕਰਨੀ ਆ ਅੱਜ ਕਰਨੀ ਆ ਬੈਕਸੀਜੀਅਨ ਬੈਕ ਕੀ ਕਹਿੰਦੇ ਉਹਨੂੰ ਗੁੱਲੀ ਡੰਡਾ ਬੈਕਸੀਜੀਅਨ ਗੁੱਲੀ ਡੰਡੇ ਜੋ ਕਰਨੀ 19-19 ਹਾਂਜੀ ਤੇ ਜਿੰਕ 10 ਕਿਲੋ ਯੂਰੀਆ ਟਰੈਕਟਰ ਚਾਰਜ ਹੋਣਾ ਰਾਤ ਮੈਂ ਦਿਖਾਤਾ ਦੀ ਤਾਂ ਗਲੂਕੋਸ ਲੱਗਿਆ ਹੋਇਆ ਜਿਵੇਂ ਟਰੈਕਟਰ ਨੂੰ ਗਲੂਕੋਸ ਨੀ ਲਾਤਾ ਕੋਈ ਨੀ ਹਜੇ ਇਹਦੇ ਨਾਲ ਕੰਮ ਸਾਰ ਲੈਂਦੇ ਹਾਂ ਜਦੋਂ ਅਨੰਦਪੁਰ ਸਾਹਿਬ ਜਾਊਂਗੇ ਉਹ ਤੋਂ ਪਹਿਲਾਂ ਅਲਟੀਨੇਟਰ ਵੱਡਾ ਲਵਾ ਲਵਾਂਗੇ ਠੀਕ ਨੀ ਯਾਰ ਕੁੱਤਾ ਆ ਪਲੱਗ ਖਾ ਗਿਆ ਯਾਰ ਹੈ ਬਾਬੇ ਕੁੱਤਾ ਆ ਵੀ ਪਲੱਗ ਖਾ ਗਿਆ ਮੇਰੇ ਮੈਨੂੰ ਦੁਖੀ ਕਰ ਲਿਆ ਕੁੱਤੇ ਨੇ ਮੈਂ ਇਹ ਗੱਲ ਦੱਸਾਂ ਹਾਂ ਇਹਨੂੰ ਟਿਕਾਣੇ ਰੱਖ ਦੇ ਹੱਥ ਫੜੇ ਖੜਦਾ ਕਰ ਕਿਤੇ ਉੱਪਰ ਰੱਖਤਾ ਇਹਦੇ ਚੱਲ ਅਗਲੀ ਭਾਜੀ ਨੇ ਡੈਕ ਰੱਖਤਾ ਉੱਪਰ ਕੇ ਆ ਛੱਤਰੀ ਨੂੰ ਤਾਂ ਨਹੀਂ ਪਾੜ ਗਿਆ ਉਹ ਆ 60 ਦੀ ਛੱਤਰੀ ਪਈ ਆ ਬਾਬਿਓ ਸੀਜ਼ਨ 'ਚ ਇਹ ਗੱਲ ਨਹੀਂ ਆ 60 ਦਾ ਸਾਰਾ ਲੁੱਕ ਸਾਰੀ ਚੇਂਜ ਹੋ ਜਾਣੀ ਆਹ ਛੱਤਰੀ ਲੱਗੂਗੀ ਉਹਨੂੰ ਆਪਣਾ ਸੀਜ਼ਨ ਦੇ ਵਿੱਚ ਹਾਂ ਹੁਣ ਨਹੀਂ ਕੁਛ ਵੀ ਹੁੰਦਾ ਸੱਠ ਦੇ 16 ਦੇ ਤੇ ਆ ਡੀਜ਼ਲ
छतरी लावे बाबे तो डेक भी यही लावे कोई ना कोई करा जुगाड़। वैसे स्पीकर भी पे ने मेरे को स्पीकर ला देंगे आप इतने साडा सूडा मकराटा ला देंगे आ पे ने तो स्पीकर समान तो मैं कहना माड़ी स्पेयर पार्ट की दुकान जिन्ना इन्ना समान होगा इंजन पे इंजन पे कैमे बाकी चाबियां पाने का बस गिणते अणगिणते काम हो सारे उस काम ने थोड़ा अं चीज़ा दिखी जानी हाँ ढोल में मतलब किमें भी माड़ी स्पेयर पार्ट की दुकान जिन्ना समान होगा घट्टो घट्ट आई सी पे एक। हाँ जी लवली बाई जी। हाँ जी दसो भाजी क्या कर रहे हैं हुण? ओ बाई जी अपने यार दोस्त एक सवाल का जवाब पूछना। हाँ पूछ ला। पूछना चाहते हैं पहले तो सत श्रीकाल करदा सारे बाई नूं ते बाकी सवाल ये आए वो केड़ा चीज है कि कुड़ियां दिखा के चलदी हुंदी आ मुंडे च लुको के चलदे हुंदे आ कमेंट च जरूर दस्सो। साला उंज पुठी गल ना होवे कोई। नहीं यार बहुत सीधी गल आ। हां हां कोई पुठी गल नहीं है। हां स्टॉप कर ला। क्या की कहना चाहना? मैं कहना है चाहना कि वो केड़ी चीज है कि कुड़ियां दिखा के चलदी है मुंडे लुको के चलदे आ की चीज आ? पर्स है। पर्स। अच्छा गल तो सही है भाई तेरी जमा। चलो हूँ पा रहे हैं दवाइया घोलते हैं जूरिया घोलता समझदा नहीं है मुंडा तेरा ये बड़ा समझदा नहीं है ये समझ आने लेट समझते हैं ना लवली बेकार हो गया है जरा तू बिहार लाया ना तीन महीने वो काम खराब हो गया। तीन महीने कितने लाए यार? हाँ 20 सितंबर नु गया था। हाँ दसो बाबे है काते यार अल्टीनेटर कदों लवावांगा मैं ट्रैक्टर ते वड्डा सारे खर्च कर देना पैंदा आमदनी है नी खर्चा है करना ही पैना जे ना कर दे इना साल बाद आया कुछ कटदा तो है क्या कमाया ने उथे है फिर है कहने बिहार में लवली की सिस्टम इधर? अच्छा पानी पीने वास्ते हाथ धोने वास्ते लगे हुआ टूटी लाई हुई है गल सही है बंदा स्प्रे स्प्रू करता हाथ तक मतलब लगे जाती है फिर बंदा टूटी ना धो ले। वाओ यार मतलब इंपोर्टेंट है पुरजा। तो चलो कदों जाना भाजी फिर आप मोटर से बस ठीक है। लवली क्या हो गया क्या चक्कर पै गया यार? देख ला यार क्या हो बाल चढ़न लग गए तेरे? ओहो तो तू नवा मुंडा है गंजा खड़ा रहूंगा मैं एनी टाइम एक कैप जा लेके आए रहा करना पैना 100 रुपीस हो जाना काम फिर है ना एनी टाइम बैटरी चार्ज हो डेक भी नहीं प्रॉपर चलता था ना अल्टीनेटर हल है अल्टीनेटर बड़ा ला दें हो जाने स्प्रे कर मोटर से मित्रों आप हम लगे हुए स्प्रे कर घेरा करता सारा ब्लॉग लेट बनाया कि उलझ गए अभी कम कर ब्लॉग बना लिए सो अपना कितने आ गया गेज लगी भी उड़े आ गया मतलब मन के 100 लीटर पानी रह गया तो बाकी लगे हुए लवली होनी उधर बनाया उन्हें ब्लॉग जहाँ थोड़ा जहा जाके तो ट्रैक्टर सारे सब दे देखने वाले होंने की कहने उन्होंने एक्सप्रैशन सब एन नोटिस करके जा रहे भी ट्रैक्टर सराई कराया कम के ते उस तो बाद अपना सिंपल सादा ही आप ज़्यादा वो भी नहीं किया ओवर भी नहीं किया ढिला भी नहीं रखा
ਸੋ ਯਾਰ ਆਹ ਪਤਾ ਨਹੀਂ ਕੀ ਹੋ ਗਿਆ ਸਾਲਾ ਝੁਲਸ ਰੋਗ ਜਿਹਾ ਲੱਗ ਗਿਆ ਇਹਨੂੰ ਜਮਾਂ ਹੀ ਸੋ ਝੁਲਸ ਰੋਗ ਜਿਹਾ ਲੱਗਿਆ ਹੋਇਆ ਅਤੇ ਠੰਡ ਇੰਨੀ ਕਾ ਵਾ ਵੀ ਹੱਥ ਸਿਰ ਮੰਗਿਆ ਦੇਖੋ ਕੱਪੜਿਆਂ ਕੁੱਪੜਿਆਂ ਦਾ ਹਾਲ ਵੀ ਇਸ ਤਰ੍ਹਾਂ ਹੀ ਹੋ ਰੱਖਿਆ ਮਰਿਆ ਗਾ ਅਤੇ ਯੋ ਲੱਗ ਰੱਖਿਆ ਰਵੀ ਨਹੀਂ ਰਵੀ ਨਹੀਂ ਸੋਰੀ ਲਵਲੀ ਮੇਰੇ ਵੀਰ ਯੋ ਸਪਰੇ ਤੇਰੀ ਚੱਲਦੀ ਕ੍ਰਿਸਮਿਸ ਹੋਣੀ ਹੈ ਇੱਥੇ ਗੁੱਲੀ ਡੰਡਾ ਮਰਦਾ ਨਹੀਂ ਜੱਟ ਤੋਂ ਸੋ ਬਹੁਤ ਜ਼ਿਆਦਾ ਠੰਡ ਹੈ ਬਹੁਤ ਜ਼ਿਆਦਾ ਠੰਡ ਹੈ ਹੱਥ ਸੁੰਨ ਹੋਏ ਪਏ ਨੇ ਪੈਪਾਂ ਪੂਪਾਂ ਫੜਨੀਆਂ ਬਹੁਤ ਔਖੀਆਂ ਲੱਗਦੀਆਂ ਭਾਅ ਜੀ ਇੱਧਰ ਅਤੇ ਹੁਣ ਆਪਾਂ ਜਾਂਦੇ ਹਾਂ ਲਵਲੀ ਕੋਲ ਸਿੱਧਾ ਬਸ ਓਕੇ ਹੁਣ ਪੈਪ ਇਕੱਠੀ ਕਰਦੇ 100 ਲੀਟਰ ਪਾਣੀ ਰਹਿ ਗਿਆ ਭਾਈ 100 ਲੀਟਰ ਰਹਿ ਗਿਆ ਇਕੱਲਾ 100 ਲੀਟਰ ਰਹਿ ਗਿਆ ਪੁੱਤ ਹੋ ਤਾਂ ਜਾਊਗਾ ਹੋਰ ਬਾਈ ਬਾਬਿਓ ਠੰਡ ਬਹੁਤ ਜ਼ਿਆਦਾ ਆ ਬਸ ਸਿਰੇ ਪਰ ਆ ਗਿਆ ਕੰਮ ਹੁਣ ਮੈਂ ਦੇਖਦਾ ਉੱਧਰ ਬੰਦ ਹੋਣੇ ਵਾਲਾ ਹੋਊਗਾ ਮੈਨੂੰ ਲੱਗਦਾ ਹੁਣ ਟਰੈਕਟਰ ਟਕ ਟਕ ਕਰਨ ਲੱਗ ਜਾਂਦਾ ਫਿਰ ਜਦੋਂ ਖਾਲੀ ਹੋ ਜਾਂਦਾ ਨਾ ਉਹ ਅਤੇ ਉਸ ਮੈਂ ਟਰੈਕਟਰ ਕੋਲ ਪਹੁੰਚਿਆ ਅਤੇ ਹੋਰ ਦੱਸੋ ਕੀ ਹਾਲ ਨੇ ਤੁਹਾਡੇ ਕਮੈਂਟ ਕਰ ਦਿਓ ਕਰਦਿਆ ਕਰੋ ਦੂਜੀ ਵੀਡੀਓ 'ਤੇ ਵੀ ਥੈਂਕ ਯੂ ਚਲੋ 1000 ਕਿਹਾ ਸੀ 700-800 ਤੱਕ ਕਰੇ ਦਿੱਤਾ ਤੁਸੀਂ ਅਤੇ ਹੁਣ ਦੇਖੋ ਕਿੰਨੀ ਮਿਹਨਤ ਕਿੰਨੀ ਕਰ ਰਹੇ ਹਾਂ ਅਤੇ ਨਾਲ ਅਸੀਂ ਆਪ ਵਲੌਗ ਵੀ ਬਣਾ ਰਹੇ ਹਾਂ ਨਾਲੇ ਹੈ ਨਾ ਸੋ ਹੋਰ ਸੇਵਾ ਦੱਸੋ ਬਾਬਿਓ ਕਿਵੇਂ ਦੇ ਵਲੌਗ ਲੈ ਕੇ ਆਈਏ ਅਤੇ ਬਸ ਹੁਣ ਆਈ ਆਇਆ ਕਰਨੇ ਵੈਸੇ ਅਸਲੀ ਜ਼ੋਰ ਜਿਹੜਾ ਪਊਗਾ ਹੋਲੇ ਮਹੱਲੇ 'ਤੇ ਆਪਾਂ ਪ੍ਰੋਪਰ ਤਰੀਕੇ ਨਾਲ ਸ਼ੁਰੂ ਹੋ ਜਾਣਗੇ ਆਪਣੇ ਵਲੌਗ ਹੈ ਨਾ ਫਿਰ ਉਸ ਤੋਂ ਬਾਅਦ ਹੋਲਾ ਮਹੱਲਾ ਉਸ ਤੋਂ ਬਾਅਦ ਆਉਂਦੇ ਸਾਰੇ ਹੋਲੇ ਮਹੱਲੇ ਤੋਂ ਕਣਕ ਦੀ ਵਢਾਈ ਸ਼ੁਰੂ ਹੋ ਜਾਣੀ ਬਸ ਕਣਕ ਦੀ ਵਢਾਈ ਤੋਂ ਲੈ ਕੇ ਮੰਨ ਕੇ ਚਲੋ ਵੀ ਝੋਨਾ ਸਾਰਾ ਲਾ ਕੇ ਫਿਰ ਵਲੌਗ ਬਣੇ ਹਜੇ ਤਾਂ ਬਸ 1-2 ਮਹੀਨੇ ਤਾਂ ਹੀ ਚੱਲੀ ਜਾਊਗਾ ਕਦੇ ਪਾ ਗਏ ਕਦੇ ਨਹੀਂ ਆਏ ਠੀਕ ਨਹੀਂ ਯਾਰ ਟਾਈਮ ਚੇਂਜ ਕਰਨਾ ਆਪਾਂ ਵਲੌਗ ਪਾਉਣ ਦਾ ਸੋ ਦੱਸਿਓ ਵੀ ਕਿਹੜਾ ਰੱਖੀਏ ਵੀ ਮੋਰਨਿੰਗ ਰੱਖੀਏ ਜਾਂ ਈਵਨਿੰਗ ਰੱਖੀਏ ਠੀਕ ਹੈ ਜੀ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੈਨੂੰ ਬਸ ਹੋ ਗਿਆ ਖਤਮ ਹੋ ਗਿਆ ਸੱਚ ਪੁੱਛੋ ਨਾ ਫੋਨ ਕੱਢਣ ਨੂੰ ਵੀ ਜੀ ਨਹੀਂ ਕਰਦਾ ਇੰਨੀ ਠੰਡਾ ਇੰਨੇ ਹੱਥ ਖਰੇ ਪਏ ਨੇ ਬਸ ਹੋ ਗਿਆ ਭਾਜੀ ਚਲੋ ਆ ਜਾਓ ਹੁਣ ਇੱਧਰ ਜੀ ਕਰਦਾ ਸਲਾਂਸਰ ਦੇ ਮੂਹਰੇ ਕਰਕੇ ਸਿੱਖ ਲਈਏ ਲਓ ਬਾਈ ਜੀ ਹੁਣ ਆਪਾਂ ਸਪਰੇਅ ਕਰਕੇ ਹਟ ਗਏ ਹੁਣ ਚੱਲਦੇ ਹਾਂ ਘਰ ਨੂੰ ਬਾਕੀ ਬੈਠਣ ਲੱਗਿਆ ਮੈਂ ਟਿਕਟ ਉੱਤੇ ਹਾਂ ਗਾਣਾ ਦੱਸ ਪਹਿਲਾਂ ਕਿਹੜਾ ਚੱਲ ਰਿਹਾ ਤਾ ਲਹਿੰਗਾ ਕਿਹੜਾ ਉਹ ਮੈਨੂੰ ਮਾੜਾ ਜਿਹਾ ਸਮਝ ਨਹੀਂ ਆਇਆ ਤਾ ਪਤਾ ਨਹੀਂ ਕਿਆ ਕਹਿੰਦਾ ਤਾ ਉਹਨਾਂ ਸਮਝਿਆ ਨਹੀਂ ਮੈਂ ਗੱਲ ਦਾ ਬਾਕੀ ਬਾਈ ਉਹ ਰੇਲਵੇ ਲਾਈਨਾਂ ਦੇਖੋ ਧੁੰਦ ਕਿੰਨਾ ਪਿਆ ਹੋਇਆ ਸ਼ਾਮ ਕਿੰਨਾ ਟਾਈਮ ਹੋ ਗਿਆ 4 ਵਜੇ ਹਜੇ ਦੇਖੋ ਮੌਸਮ ਕਿਹੋ ਜਿਹਾ ਹੈ ਸਪਰੇਅ ਕਰਕੇ ਜਾ ਰਹੇ ਹਾਂ ਆ ਜਾਏਗੇ ਆਪਣੇ ਨਾਲ ਸਿੰਗਰ ਅਰਪਨਦੀਪ ਸਿੰਘ ਉਰੇ ਆ ਲਓ ਬਾਈ ਪਹੁੰਚ ਗਿਆ ਘਰੇ ਟਰੈਕਟਰ ਖੜਾ ਤਾ ਆ ਜਾ ਮਾੜਾ ਜਿਹਾ ਨੂੰ ਲਾ ਦਈਏ ਗਲੂਕੋਸ ਹੁਣ ਠੀਕ ਰਿਹਾ ਅੱਜ ਸਟਾਰਟ ਸ਼ੂਟ ਵਧੀਆ ਹੋਈ ਗਿਆ ਇੱਕ ਦਿਨ ਤਾਂ ਧੱਕਾ ਲਾਉਣਾ ਹੀ ਪੈ ਗਿਆ ਤਾ ਬਾਬੇ ਫਾਟਕਾਂ 'ਤੇ ਆ ਜਾ ਗਲੂਕੋਸ ਲਾ ਦਈਏ ਇਹਨੂੰ ਤਾਂ ਹੀ ਫਿਰ ਠੀਕ ਰਹੂਗਾ ਇਹ ਬਿਮਾਰ ਚੱਲ ਰਿਹਾ ਹਜੇ ਢਿੱਲਾ ਚੱਲ ਰਿਹਾ ਗਾ ਲਾ ਦੇ ਗਲੂਕੋਸ ਲਾ ਦੇ ਗਲੂਕੋਸ ਐਡਮਿਟ ਆ ਮੈਂ ਜੇ ਵੀ ਮਰੀਜ਼ ਆ ਜੇ ਠੀਕ ਨਹੀਂ ਹੋਇਆ ਅਜੇ ਫਿਰ ਪੂਰਾ ਉੱਪਰ ਬਸ 2-3 ਦਿਨ ਹੋਰ ਲਾਉਣਾ ਪੈਣਾ ਫਿਰ ਫੁੱਲ ਹੋ ਜੂਗੀ ਬੈਂਟਰੀ ਫਿਰ ਕੋਈ ਟੈਨਸ਼ਨ ਨਹੀਂ ਹੋਊਗਾ ਤੂੰ ਦੱਸ ਮਾੜਾ ਮੋਟਾ ਬੋਲ ਕੇ ਦੱਸ ਵੀ ਕਿਆ ਚੱਕਰ ਕੀ ਪੈ ਗਿਆ ਤਾ ਇਹ ਵੀ ਆਪਾਂ ਨੂੰ ਇੰਨੇ ਵੇਰੇ ਲਾਉਣੇ ਪੈ ਗਏ ਪੈਸੇ ਇਹ ਤਾਂ ਕਰਕੇ ਕਿ ਡਿਸ ਹੋ ਗਿਆ ਤਾ ਇਹ ਕੀ ਹੋ ਗਿਆ ਡਿਸ ਯਾਨੀ ਚਾਰਜਿੰਗ ਖਤਮ ਹੋ ਗਿਆ ਤਾ ਗਾਹ ਪੈ ਗਿਆ ਤਾ ਉੱਥੇ ਫਟਕਾਂ ਤੇ ਓ ਯਾਰ ਉਹ ਗੱਲਾਂ ਅਗਲੇ ਕਹਿੰਦੇ ਟਰੈਕਟਰ ਪਰ ਇੰਨੇ ਪੈਸੇ ਲਾਤੇ ਹੈ ਅੱਜ ਕਾਮਯਾਬ ਰਿਹਾ ਪੂਰਾ ਹੈ ਨਾ ਅੱਜ ਪ੍ਰੋਬਲਮ ਜਮਾਂ ਨਹੀਂ ਆਈ ਬਸ ਆ ਉਰੇ ਰੱਖ ਦੇ ਆਹ ਦੂਰ ਪੈਂਦੀ ਹੈ ਤਾਰ ਆਹ ਤਾਰ ਨਹੀਂ ਲੱਗਦੀ ਆਹ ਲਾ ਦੇ ਚੱਕ ਲਾਤਾ ਹੋਰ ਸੁਣਾ ਲਵਲੀ ਕੋਈ ਗੱਲ ਬਾਤ ਦੱਸ ਦੇ ਬਸ ਆ ਦੇਖੋ ਚੱਲੀਏ ਨੂੰ ਕੋ ਕੋ ਤਾਂ ਕਰੀਏ ਡੰਗਾ ਖੜਦੇ ਨਿਕਲ ਗਈ ਕੁੜੀ ਆ ਵਿਆ ਨਿਕਲ ਗਈ ਮੈਂ ਵੀ ਕਹਿ ਰਿਹਾ ਕਿੱਥੇ ਗਿਆ ਇਹਦਾ ਆਏ ਲੱਗੂ ਹਾਂ ਛੱਡੋ ਔਨ ਕਰਦਾ ਇੱਧਰੋਂ ਮੈਂ ਹੁਣ ਪਤਾ ਵੀ ਲੱਗ ਜੂਗਾ ਬੈਟਰੀ ਕਿੰਨੀ ਹੈ ਇਸ ਟਾਈਮ ਹੁਣ ਇਸ ਟਾਈਮ 0 ਆ ਨਾ ਜਦੋਂ ਔਨ ਹੋ ਗਿਆ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਬੈਟਰੀ ਕਿੰਨੀ ਹੈ ਇਸ ਟਾਈਮ ਹੋ ਗਿਆ ਆਹ ਦੇਖੋ ਇਸ ਟਾਈਮ ਬੈਟਰੀ ਅੱਧੀ ਆ
ਠੀਕ ਹੈ ਜੀ ਅੱਧੀ ਚਾਰਜ ਆ ਇਹ ਤੋਂ ਬਾਅਦ ਹੁਣ ਇਹਨੇ ਫੁੱਲ ਕਰਨੀ ਹੈ ਫੁੱਲ ਤਿੰਨ ਚਾਰ ਦਿਨ ਦੋ ਤਿੰਨ ਦਿਨ 'ਚ ਹੋਊਗੀ ਕੋਈ 24 ਘੰਟੇ ਲਗਾਤਾਰ ਲੱਗੂਗਾ ਤਾਂ ਹੋਊਗੀ 24 ਘੰਟੇ ਲੱਗ ਨਹੀਂ ਰਿਹਾ ਹੁਣ ਚੱਲ ਲੱਗ ਗਿਆ ਹੁਣ ਕੱਲ੍ਹ ਤੱਕ ਨਹੀਂ ਚੋਂ ਹੈ ਨਾ ਮੋਟਰਸਾਈਕਲ ਗੱਡੀ ਜੋ ਮਰਜ਼ੀ ਚਾਰਜ ਕਰ ਲਓ ਬੈਟਰੀ ਜਿਹੜੀ ਮਰਜ਼ੀ ਚੀਜ਼ ਦੀ ਬਿਹਾਰ ਹੁੰਦਾ ਤਾ ਫਿਰ ਬਲੌਗ ਦੇਖਦਾ ਹੁੰਦਾ ਆਪਣੇ ਹਾਂ ਬਹੁਤ ਦੇਖਿਆ ਮੈਂ ਸਾਰੇ ਦੇਖਦਾ ਹੁਣ ਕਿਆ ਹੋ ਰਿਹਾ ਕਿਆ ਹੋ ਰਿਹਾ ਸੁਪਰ ਸੀਟਰ ਨਾਲ ਤੁਸੀਂ ਕਣਕ ਨਹੀਂ ਬੀਜਦੇ ਰਹੇ ਆ ਫਿਰ ਬਸ ਠੀਕ ਉਹ ਆਲੂ ਉਲੂ ਦਾ ਸਾਰੇ ਦੇਖਿਆ ਤਾਂ ਮੈਂ ਹਾਂ ਪਰ ਮੈਂ ਯਾਰ ਕਿਹਨੂੰ ਕਹਾਂ ਉੱਥੇ ਕਿਸੇ ਨੂੰ ਸਮਝ ਨਹੀਂ ਆਉਂਦਾ ਤੈਨੂੰ ਤਾਂ ਆ ਰਹੇ ਤੇ ਤੈਨੂੰ ਆ ਰਹੇ ਤੇ ਕਿਆ ਸਮਝ ਯਾਰ ਤੁਸੀਂ ਜਿਹੜੇ ਹੁਣ ਮੈਂ ਤਾਂ ਬੋਲੂ ਮੈਂ ਸਮਝੂਗਾ ਜੀ ਕਿਆ ਕਹਿ ਰਹੇ ਆ ਕਿਆ ਬੋਲ ਰਹੇ ਆ ਬਸ ਠੀਕ ਚੱਲ ਹੁਣ ਆਪਾਂ ਬਲੌਗ ਬੰਦ ਕਰ ਦੇ ਤੂੰ ਕਰ ਦੇ ਬੰਦ ਹੁਣ ਬਸ ਓਕੇ ਬਾਈ ਜੀ ਚੰਗਾ ਫਿਰ ਅਗਲੇ ਬਲੌਗ ਚ ਮਿਲਾਂਗੇ ਚੱਲੀਏ ਮਾੜਾ ਜਿਹਾ ਡੰਗਰ ਦਾ ਵੀ ਖਿਆਲ ਕਰੀਏ ਠੀਕ ਚਲੋ ਓਕੇ ਜੀ ਛੋਟ ਨੇ ਬਹੁਤ ਘੈਂਟ ਬਲੌਗ ਆ ਯਾਰ ਤੁਹਾਨੂੰ ਉਮੀਦ ਆ ਪੱਕਾ ਪਸੰਦ ਆਊਗਾ ਮੇਰੇ ਵੀਰਿਓ ਬਾਈ ਦਾ ਪੂਰੀ ਸਪੋਰਟ ਕਰਨੀ ਹੈ ਮੁੰਡਾ ਨਵਾਂ ਆਇਆ ਸੋ ਖਿੱਚ ਕੇ ਤੁਸੀਂ ਜਾ ਕੇ ਸਬਸਕ੍ਰਾਈਬ ਬਸ ਲਾਲ ਬਟਨ ਘਸਾ ਦਿਓ ਭੋਲਾ ਦਾ ਵਲੌਗਰ ਠੀਕ ਹੈ ਜੀ ਹੋਰ ਵੀ ਤੁਹਾਡੇ ਲਈ ਵਿਜ਼ਿਟਰ ਘੁੰਮਿਆ ਕਰੂਗਾ ਇੱਧਰ ਉੱਧਰ ਪਹਾੜਾ ਪੂੜਾ 'ਤੇ ਪਾਇਆ ਕਰੂਗਾ ਵਲੌਗ ਸੋ ਤੁਸੀਂ ਮੇਰੀ ਪਿੱਠ ਨਹੀਂ ਲੱਗਣ ਦੇਣੀ ਹੈਗੀ ਸੋ ਵਿਊ ਜਿੰਨੇ ਇੱਧਰ ਮੇਰੇ ਕਨੀ ਆਉਣ ਚਲੋ ਅੱਧੋ ਅੱਧ ਆਉਣ ਬਸ ਆਉਣੇ ਚਾਹੀਦੇ ਨੇ 5000 ਦਾ 5000 ਵਿਊ ਤਾਂ ਆਉਣਾ ਚਾਹੀਦਾ ਯਾਰ ਘੱਟੋ ਘੱਟ ਅਤੇ ਬਾਕੀ 1000 ਸਬਸਕ੍ਰਾਈਬਰ ਤੁਸੀਂ ਪੂਰੇ ਕਰਕੇ ਆਉਣੇ ਨੇ ਦੇਖੋ ਕਿੰਨਾ ਵਧੀਆ ਬੰਦਾ ਦਾੜੀ ਰੱਖੀ ਹੋਈ ਆ ਬਹੁਤ ਸੋਹਣਾ ਫਤਿਹਗੜ੍ਹ ਸਾਹਿਬ ਖੜ੍ਹੇ ਆ ਸੋ ਸਾਰੇ ਜਣੇ ਜਾ ਕੇ ਵਲੌਗ ਇਹਦੇ ਦੇਖ ਕੇ ਆਇਓ ਅਤੇ ਥੈਂਕ ਯੂ ਬਾਕੀ ਤੁਹਾਨੂੰ ਮੈਂ ਅਲਟੀਨੇਟਰ ਦਾ ਸਾਰਾ ਮੈਂ ਘਰੇ ਜਾ ਕੇ ਸਿਸਟਮ ਦੱਸਦਾ ਵੀ ਕੀ ਬਣਿਆ ਕੀ ਹੋਇਆ ਤੋਂ ਵਲੌਗ ਕੰਟੀਨਿਊ ਰੱਖਾਂਗੇ ਕੱਲ੍ਹ ਨੂੰ ਇਹੀ ਵਲੌਗ ਆਪਾਂ ਸਟਾਰਟ ਕਰਾਂਗੇ ਓਕੇ ਥੈਂਕ ਯੂ ਜੀ